ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਇੱਕ ਬੇਹੱਦ ਹੀ ਮੰਦਭਾਗੀ ਘਟਨਾ ਜਿਸ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਹਾਂ ਕਿ ਸਾਨੂੰ ਸਿੱਖਾਂ ਨੂੰ ਦਸਤਾਰ ਬੰਨਣ 'ਤੇ ਹੀ ਪਾਬੰਦੀ ਲਗਾ ਦਿੱਤੀ ਸਮੇਂ ਦੀ ਸਰਕਾਰ ਨੇ, ਅਤੇ ਸਾਧ ਸੰਗਤ ਜੀ ਨਾ ਤਾਂ ਸਰਕਾਰੀ ਅਧਿਕਾਰੀ ਨਾ ਕਰਮਚਾਰੀ ਕੋਈ ਵੀ ਦਸਤਾਰ ਨਹੀਂ ਬੰਨ ਸਕਦਾ, ਧਾਰਮਿਕ ਚਿੰਨ੍ਹ ਭਾਵ ਕੜਾ ਕਿਰਪਾਨ ਨਹੀਂ ਪਾ ਸਕਦਾ। ਅਤੇ ਸਾਧ ਸੰਗਤ ਜੀ ਇਸ ਫੈਸਲੇ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ, ਅਤੇ ਉਸ ਤੋਂ ਬਾਅਦ ਇਕੱਠੇ ਹੋਏ ਸਿੰਘਾਂ ਨੇ ਜੋ ਕੁਝ ਕੀਤਾ ਉਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ, ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇਹਨਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਧਾਰਮਿਕ ਚਿੰਨ੍ਹ ਨੇ, ਚਾਹੇ ਸ਼੍ਰੀ ਸਾਹਿਬ ਹੋਵੇ ਚਾਹੇ ਕੜਾ ਹੋਵੇ, ਇਹ ਸਾਡੇ ਸਰੀਰ ਦੇ ਅੰਗ ਨੇ। ਤਾਂ ਇਸ ਪੱਗ ਦੇ ਲਈ ਤਾਂ ਸਾਧ ਸੰਗਤ ਜੀ ਕਰੋੜਾਂ ਹੀ ਕੁਰਬਾਨੀਆਂ ਦਿੱਤੀਆਂ ਜਾ ਚੁੱਕੀਆਂ ਨੇ, ਪਰ ਇਸ ਵਕਤ ਇੱਕ ਭੈੜਾ ਕਾਨੂੰਨ ਲਾਗੂ ਕਰ ਦਿੱਤਾ ਸਮੇਂ ਦੀ ਸਰਕਾਰ ਨੇ। ਇੱਕ ਇੱਦਾਂ ਦਾ ਬਿੱਲ ਲਿਆਂਦਾ, ਉਸ ਬਿੱਲ ਦੇ ਵਿੱਚ ਇਹ ਕਾਨੂੰਨ ਸਾਡੇ ਉੱਪਰ ਥੋਪ ਦਿੱਤਾ ਗਿਆ ਕਿ ਕੋਈ ਵੀ ਸਰਕਾਰੀ ਕਰਮਚਾਰੀ, ਪੁਲਿਸ ਮੁਲਾਜ਼ਮ ਆਪਣੇ ਸਿਰ ਦੇ ਉੱਪਰ ਪੱਗ ਨਹੀਂ ਬੰਨੇਗਾ ਅਤੇ ਧਾਰਮਿਕ ਚਿੰਨ੍ਹ ਨਹੀਂ ਪਾਵੇਗਾ। ਸਾਧ ਸੰਗਤ ਜੀ, ਇਹ ਖਬਰ ਆਉਣ ਤੋਂ ਬਾਅਦ ਸਿੱਖਾਂ ਦੇ ਹਿਰਦੇ ਵਰੁੰਦਰੇ ਗਏ ਅਤੇ ਜਗ੍ਹਾ ਜਗ੍ਹਾ ਇਸ ਦਾ ਵਿਰੋਧ ਹੋ ਰਿਹਾ ਹੈ। ਦੱਸ ਦਈਏ ਸਾਧ ਸੰਗਤ ਜੀ, ਇਹ ਮਾਮਲਾ ਹੈ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਬਿੱਲ 21 ਜਾਰੀ ਕੀਤਾ ਹੈ ਉੱਤੋਂ ਦੀ ਸਰਕਾਰ ਨੇ। ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਆਪਣੇ ਸਿਰ ਦੇ ਉੱਪਰ ਪੱਗ ਨਹੀਂ ਬੰਨੇਗਾ ਅਤੇ ਨਾ ਹੀ ਧਾਰਮਿਕ ਚਿੰਨ੍ਹ ਪਾਵੇਗਾ। ਅਤੇ ਸਾਧ ਸੰਗਤ ਜੀ, ਇਹ ਕਾਨੂੰਨ ਇਕੱਲੇ ਸਿੱਖਾਂ ਵਾਸਤੇ ਨਹੀਂ, ਮੁਸਲਮਾਨ ਵੀ ਆਪਣੇ ਸਿਰ 'ਤੇ ਟੋਪੀ ਨਹੀਂ ਪਾਵੇਗਾ ਅਤੇ ਕ੍ਰਿਸਚਨ ਵੀ ਆਪਣੇ ਗਲੇ ਦੇ ਵਿੱਚ ਕਰੋਸ ਨਹੀਂ ਪਾਵੇਗਾ। ਅਤੇ ਇਸ ਬਿੱਲ ਦਾ ਜਗ੍ਹਾ ਜਗ੍ਹਾ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਕੈਨੇਡਾ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ। ਸਭ ਤੋਂ ਜ਼ਿਆਦਾ ਉੱਥੇ ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਆਬਾਦੀ ਜ਼ਿਆਦਾ ਹੈ ਅਤੇ ਸਾਡੀ ਧਾਰਮਿਕ ਆਜ਼ਾਦੀ ਨੂੰ ਖੋਇਆ ਗਿਆ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ। ਪੰਜਾਬ ਦੇ ਵਿੱਚ ਵੀ ਪੂਰਾ ਵਿਰੋਧ ਹੋ ਰਿਹਾ ਹੈ ਅਤੇ ਕੈਨੇਡਾ ਦੇ ਵਿੱਚ ਵੀ। ਸੋ ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।